ਦਰਸ਼ਕ ਬ੍ਰੇਕ ਤੋਂ ਬਾਅਦ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਜਿਸ ਤਰ੍ਹਾਂ ਕਿ ਅੱਜ ਦਾ ਦੂਸਰਾ ਅਹਿਮ ਇਸ਼ੂ ਸੀ ਉਹ ਇਹ ਸੀ ਕਿ ਹਿਊਸਟਨ ਵਿੱਚ ਗੋ ਬੈਕ ਮੋਦੀ ਦਾ ਨਾਰਾ ਗੂੰਜੇਗਾ, ਨਾ ਕਿ ਹੌਡੀ ਮੋਦੀ ਦਾ। ਸੋ ਇਸ ਉੱਪਰ ਆਪ ਸਭ ਨੇ ਬਹੁਤ ਹੀ ਵਧੀਆ ਵਿਚਾਰ ਤੁਹਾਡੇ ਨਾਲ ਸਾਂਝੇ ਕੀਤੇ ਨੇ। ਸੋ ਹੁਣ ਆਪਾਂ ਜੋ ਅੱਜ ਦਾ ਥਰਡ ਵਾਲਾ ਇਸ਼ੂ ਹੈ ਉਸ ਉੱਪਰ ਆਪਾਂ ਦਰਸ਼ਕ ਕੋਲ ਉਹਨਾਂ ਦੇ ਵਿਚਾਰ ਸੁਣਦੇ ਹਾਂ। ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਜੋ ਤੁਹਾਡੇ ਮੈਸੇਜ ਨੇ ਉਹ ਸਾਨੂੰ ਮਿਲ ਚੁੱਕੇ ਨੇ, ਅਸੀਂ ਥੋੜ੍ਹੇ ਹੀ ਪਲਾਂ ਵਿੱਚ ਇਹਨਾਂ ਨੂੰ ਤੁਹਾਡੇ ਨਾਲ ਸਾਂਝੇ ਕਰਨ ਜਾ ਰਹੇ ਹਾਂ। ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਿਹੜੇ ਲੋਕ ਜ਼ਹਿਨੀ ਤੌਰ 'ਤੇ ਗੁਲਾਮ ਹੁੰਦੇ ਨੇ ਔਰ ਆਪਣੇ ਮਾਲਕ ਤੋਂ ਜਿਸ ਦੀ ਉਹ ਗੁਲਾਮੀ ਕਰ ਰਹੇ ਹੁੰਦੇ ਨੇ, ਕਿਸੇ ਨਾ ਕਿਸੇ ਇਨਾਮ ਦੀ, ਕਿਸੇ ਮੁਫਾਦ ਦੇ ਨਾਲ ਜੁੜੇ ਹੁੰਦੇ ਨੇ, ਉਸ ਦੀ ਤਵੱਕੋ ਕਰਦੇ ਨੇ ਜੀ। ਉਹ ਕੋਈ ਮੌਕਾ ਹੱਥੋਂ ਜਾਣ ਨਹੀਂ ਦਿੰਦੇ ਕਿ ਉਹ ਆਪਣੇ ਮਾਲਕ ਨੂੰ ਕਿਵੇਂ ਖੁਸ਼ ਰੱਖਣ, ਕਿਵੇਂ ਉਹਦੀ ਖੁਸ਼ਾਮਦ ਕਰਨ, ਕਿਵੇਂ ਇਹ ਦੱਸਣ ਕਿ ਉਹ ਉਹਨਾਂ ਦੇ ਜਿਹੜੇ ਵਫ਼ਾਦਾਰ ਕੁੱਤੇ ਨੇ। ਔਰ ਜੇ ਹਿੰਦੂਤਵੀ ਹਾਕਮਾਂ ਦੇ ਪੰਜਾਬ ਵਿਚਲੇ ਜਾਂ ਸਿੱਖ ਕੌਮ ਵਿਚਲੇ ਵਫ਼ਾਦਾਰ ਕੁੱਤਿਆਂ ਦੇ ਕੰਪੀਟੀਸ਼ਨ ਦੀ ਗੱਲ ਕਰਨੀ ਹੋਏ, ਬੇਸ਼ੱਕ ਲੇਬਲ ਇੱਕ ਨੇ ਅਕਾਲੀ ਦਲ ਦਾ ਲਾਇਆ ਹੋਇਆ, ਉਹ ਸੁਖਬੀਰ ਬਾਦਲ ਹੋਏ, ਮਨਜਿੰਦਰ ਸਿਰਸਾ ਹੋਏ, ਦੂਸਰੇ ਨੇ ਕਾਂਗਰਸ ਦਾ ਲਾਇਆ ਹੋਇਆ ਕੈਪਟਨ ਅਮਰਿੰਦਰ, ਪਰ ਉਹ ਇਸ ਦੌੜ ਵਿੱਚ ਨੇ। ਕਾਂਗਰਸ ਦਾ ਲੇਬਲ ਹੋਣ ਦੇ ਬਾਵਜੂਦ ਵੀ ਅਮਰਿੰਦਰ ਇਸ ਦੌੜ ਦੇ ਵਿੱਚ ਰਹਿੰਦਾ ਹੈ ਕਿ ਉਹ ਕਿਵੇਂ ਆਪਣੇ ਆਕਾ ਨੂੰ ਕਹੇ ਕਿ ਜੀ ਦੇਖੋ ਮੈਂ ਤੁਹਾਡਾ ਕਿੰਨਾ ਵਫ਼ਾਦਾਰ ਹੈ ਅਤੇ ਮੇਰੇ 'ਤੇ ਜਿਹੜੀ ਹੈ ਉਹ ਜਰਾ ਨਜ਼ਰੇ ਅਨਾਇਤ ਕਰੋ ਜ਼ਰੂਰ। ਔਰ ਇੱਕ ਉਦਾਹਰਣ ਪਿਛਲੇ ਦਿਨਾਂ ਦੀ ਹੈ, ਅਖੌਤੀ ਬਲੈਕ ਲਿਸਟ ਇਹਨਾਂ ਦੇ ਕਾਲੇ ਕਰਤੂਤਾਂ ਦੇ, ਕਦੇ ਅੰਗਰੇਜ਼ ਕਾਲਾ ਪਾਣੀ ਭੇਜਦੇ ਹੁੰਦੇ ਸੀ ਉਹਨੂੰ, ਹੁਣ ਤੱਕ ਵੀ ਕਾਲਾ ਪਾਣੀ ਕਹਿੰਦੇ ਨੇ। ਸੋ ਉਹ ਵੀ ਉਸੇ ਲਾਈਨ ਦੇ ਉੱਤੇ, ਕਾਲੀਆਂ ਤੁਹਾਡੀਆਂ ਕਰਤੂਤਾਂ, ਤੁਹਾਡੀਆਂ ਸ਼ਕਲਾਂ ਕਾਲੀਆਂ, ਤੁਹਾਡਾ ਅੰਦਰ ਕਾਲਾ, ਤੁਸੀਂ ਬੇਈਮਾਨ ਸਿਰੇ ਦੇ, ਅਤੇ ਤੁਸੀਂ ਜਿਹੜੇ ਆਜ਼ਾਦੀ ਪਸੰਦ ਸਿੱਖ ਬਾਹਰ ਮਨੁੱਖੀ ਹੱਕਾਂ ਦੀ ਗੱਲ ਕਰਦੇ ਨੇ, ਉਹਨਾਂ ਦੇ ਲਈ ਤੁਸੀਂ ਇੱਕ ਲਿਸਟ ਬਣਾਓ, ਸੈਂਕੜੇ ਨਹੀਂ ਹਜ਼ਾਰਾਂ ਹੋਣ, ਉਹਨਾਂ ਨੂੰ ਤੁਸੀਂ ਕਾਲੀਆਂ ਸੂਚੀਆਂ ਕਹੋ, ਫਿਰ ਡਰਾਮੇਬਾਜ਼ੀ ਕਰੋ, ਹਰ 3 ਸਾਲ ਬਾਅਦ ਕੱਢ ਦਿੱਤੇ ਅਸੀਂ ਖਤਮ ਕਰ ਦਿੱਤੇ। ਲੇਕਿਨ ਗੱਲ ਮੈਂ ਉਹ ਨਹੀਂ ਕਰ ਰਿਹਾ, ਆਲਰੇਡੀ ਉਹਦੇ 'ਤੇ ਅਸੀਂ ਇੱਕ ਸੈਗਮੈਂਟ ਕੀਤਾ ਸੀ ਕਿ ਇਹ ਕੀ ਹੈ। ਹੁਣ ਇਹਦੇ ਲਈ ਦੋਵਾਂ ਦੀ ਦੌੜ ਲੱਗੀ, ਸੁਖਬੀਰ ਬਾਦਲ ਨੇ ਵੱਡੀ ਵਧਾਈ ਦਿੱਤੀ, ਹਾਲਾਂ ਅਕਾਲੀਆਂ ਨੂੰ ਪਤਾ ਵੀ ਨਹੀਂ ਸੀ ਕਿ ਇਹ ਹੋ ਗਿਆ, ਉਹਨਾਂ ਨੇ ਵੀ ਅਖਬਾਰਾਂ 'ਚ ਖਬਰ ਪੜ੍ਹੀ। ਉਹਨੇ ਕਿਹਾ ਜੀ ਦੇਖੋ ਅਸੀਂ ਕਰਵਾਤਾ ਨਹੀਂ, ਔਰ ਬਹੁਤ ਵਧਾਈ, ਬਹੁਤ ਸ਼ੁਕਰੀਆ। ਉਹ ਨਾਲ ਉਹ ਟਮੰਗੀ ਜਿਹੀ ਜਿਹੜੀ ਹੈ ਹਰਸਿਮਰਤ ਬਾਦਲ ਅਚਾਰ ਮੰਤਰੀ, ਉਹ ਵੀ ਫਿਰ ਅਮਰਿੰਦਰ ਨੂੰ ਲੱਗਾ ਕਿ ਵੀ ਇਹ ਅਮਰਿੰਦਰ ਨੇ ਪੂਰੀ ਸਟੇਟਮੈਂਟ ਪ੍ਰੈਸ ਕਾਨਫਰੰਸ 'ਚ ਉਹਨੇ ਕਿਹਾ ਜੀ ਦੇਖੋ ਮੇਰੀ ਸਰਕਾਰ ਨੇ ਕੇਸ ਲਿਆ ਸੀ, ਇਹ ਕਾਲੀਆਂ ਸੂਚੀਆਂ ਖਤਮ ਹੋ ਗਈਆਂ, ਜਿਹੜੇ 2 ਰਹਿ ਗਏ ਕਿਉਂਕਿ ਉਹ ਬਾਹਰਲੀਆਂ ਸਟੇਟਾਂ ਦੇ ਨੇ। ਔਰ ਇਹ ਵੀ ਉਹਨਾਂ ਕੁੱਤਿਆਂ ਦੀ ਦੌੜ ਲੱਗੀ ਆਪਸ ਦੇ ਵਿੱਚ ਕਿ ਕਿਹੜਾ ਜਿਹੜਾ ਜ਼ਿਆਦਾ ਵਫ਼ਾਦਾਰ ਹੈ। ਕਰਤਾਰਪੁਰ ਲਾਂਘਾ, ਅਸੀਂ ਹਮੇਸ਼ਾ ਇਹ ਕਹਿੰਦੇ ਹਾਂ ਵੀ ਕਿਵੇਂ 70-72 ਸਾਲ ਤੋਂ ਇਹਨਾਂ ਅਰਦਾਸਾਂ ਨੂੰ ਬੂਰ ਪਿਆ, ਉਸ ਸਤਿਗੁਰੂ ਦੀ ਰਹਿਮਤ ਦੀ ਬਦੌਲਤ 28 ਨਵੰਬਰ ਨੂੰ ਸੰਗੇ ਬੁਨਿਆਦ ਰੱਖਿਆ ਗਿਆ ਔਰ ਪਾਕਿਸਤਾਨ ਦੀ ਜਿਹੜੀ ਸੰਬੰਧਿਤ ਮਿਨਿਸਟਰੀ ਆ ਉਹਨਾਂ ਨੇ ਐਲਾਨ ਵੀ ਕਰ ਦਿੱਤਾ ਵੀ ਅਸੀਂ 9 ਨਵੰਬਰ ਨੂੰ ਖੋਲ੍ਹ ਦੇਣਾ ਔਰ ਫਾਈਨਲ ਮੀਟਿੰਗ 'ਚ ਇਹ ਜੋ ਇਹਨਾਂ ਦੀਆਂ ਨਾਜਾਇਜ਼ ਸ਼ਰਤਾਂ ਵੀ ਰਹੀਆਂ ਨੇ, ਜੋ ਇੱਕ ਆਉਂਦੇ ਰਹੇ, ਪਾਕਿਸਤਾਨ ਸਿਰ ਝੁਕਾ ਕੇ ਮੰਨਦਾ ਰਿਹਾ ਕਿਉਂਕਿ ਉਹ ਇੰਡੀਅਨ ਸਟੇਟ ਨਾਲ ਨਹੀਂ ਡੀਲ ਕਰ ਰਹੇ। ਜੇ ਪਾਕਿਸਤਾਨ ਨੂੰ ਝੁਕਾਉਣਾ ਹੁੰਦਾ ਤਾਂ ਫਿਰ ਲੈ ਲਏ ਮੋਦੀ ਜਹਾਜ਼, ਉੱਥੋਂ ਦੀ ਸਪੇਸ 'ਚੋਂ ਲੈ ਜਾਏ ਜਹਾਜ਼ ਉਹਨਾਂ ਦਾ, ਜੇ ਇੰਨਾ ਹੀ ਇਹਨਾਂ ਦੀ ਤਾਕਤ ਹੈ। ਲੇਕਿਨ ਸਿੱਖਾਂ ਦੀਆਂ ਭਾਵਨਾਵਾਂ ਨੂੰ ਮੱਦੇਨਜ਼ਰ ਰੱਖਦੇ ਔਰ ਸਿੱਖ ਕੌਮ ਦਾ ਇੱਕ ਵੱਡਾ ਹਿੱਸਾ ਜਿਹੜਾ ਅੱਜ ਤੋਂ ਸ਼ਾਇਦ 5 ਸਾਲ ਪਹਿਲਾਂ ਤੱਕ ਬਿਲਕੁਲ ਡਿਫਰੈਂਟ ਸੋਚਦਾ ਹੋਏ,
ਉਹ ਵੀ ਐਡਮਾਇਰਰ ਹੋ ਗਿਆ ਕਿ ਵੀ ਨਹੀਂ, ਪਾਕਿਸਤਾਨ ਦੀ ਹਕੂਮਤ ਹਰ ਸਿੰਸੈਰਿਟੀ ਦੇ ਨਾਲ ਕਰਤਾਰਪੁਰ ਲਾਂਘੇ ਨੂੰ ਮੁਕੰਮਲ ਕਰਨਾ ਚਾਹੁੰਦੀ ਹੈ। ਔਰ ਇਹੀ ਗੁੱਡਵਿਲ ਹੈ ਜੇ ਅੱਜ ਇੱਕ ਵੱਡਾ ਹਿੱਸਾ ਸਿੱਖਾਂ ਦਾ ਖੁੱਲ੍ਹ ਕੇ ਪਾਕਿਸਤਾਨ ਦੇ ਨਾਲ ਜਾਂ ਕਸ਼ਮੀਰ ਦੇ ਮੁੱਦੇ ਦੇ ਉੱਤੇ ਖਲੋਤਾ, ਤਾਂ ਇਹਦੇ 'ਚ ਬਹੁਤ ਵੱਡੀ ਦੇਣ ਇਸ ਮਾਹੌਲ ਦੀ ਹੈ ਜਿਹੜਾ ਪਿਛਲੇ 9-10 ਮਹੀਨੇ 'ਚ ਕਰਤਾਰਪੁਰ ਲਾਂਘੇ ਨੂੰ ਲੈ ਕੇ ਉਹਨਾਂ ਨੇ ਕੀਤਾ। ਹੁਣ ਉਹਨਾਂ ਨੂੰ ਕਿਉਂਕਿ ਭਾਰਤ ਦੀ ਸਰਕਾਰ ਸਮਝਦੀ ਹੈ ਵੀ ਇਸ ਦੇ ਉੱਤੇ 30 ਮਿਲੀਅਨ ਸਿੱਖਾਂ ਦੇ ਜਜ਼ਬਾਤ ਇਸ ਕਦਰ ਨੇ, ਇਹਨਾਂ ਨੂੰ ਰੋਕ ਨਹੀਂ ਸਕਦੇ, ਰੋਕ ਨਹੀਂ ਸਕਦੇ। ਲੇਕਿਨ ਜਿਉਂ ਹੀ ਪਿਛਲੀ ਮੀਟਿੰਗ ਹੋ ਕੇ ਹਟੀ, ਉਹਨਾਂ ਨੇ ਅਖਬਾਰਾਂ ਦੇ ਵਿੱਚ ਕੋਈ ਜੁਆਇੰਟ ਸਟੇਟਮੈਂਟ ਨਹੀਂ ਸੀ, ਲੇਕਿਨ ਉਹਨਾਂ ਨੇ ਕਿਹਾ ਜੀ ਲਓ ਦੋ ਇਸ਼ੂਜ਼ ਦੇ ਉੱਤੇ ਫਾਡਾ ਪੈ ਗਿਆ। ਇੱਕ ਤਾਂ ਹੈ ਜੀ ਉਹ $20 ਐਂਟਰੀ ਫੀਸ ਮੰਗਦੇ ਨੇ ਹਰ ਯਾਤਰੂ ਤੋਂ, ਔਰ ਦੂਸਰਾ ਜਿਹੜਾ ਉਹ ਅਸੀਂ ਕੌਂਸਲਰ ਐਕਸੈਸ ਮੰਗਦੇ ਹਾਂ, ਉਹ ਸਾਨੂੰ ਦਿੰਦੇ ਨਹੀਂ ਹੈ। ਇਹਨੂੰ ਲੈ ਕੇ ਫਿਰ ਉਹ ਮਨਜਿੰਦਰ ਸਰਸਾ ਹੋਏ, ਸੁਖਬੀਰ ਬਾਦਲ ਹੋਏ, ਔਰ ਅੱਜ ਕੈਪਟਨ ਅਮਰਿੰਦਰ ਹੋਏ, ਇਹਨਾਂ ਦੀ ਬਿਆਨਬਾਜ਼ੀ ਦਾ ਦੌਰ ਸ਼ੁਰੂ ਹੋ ਗਿਆ। ਨਹੀਂ ਨਹੀਂ ਅੱਜ ਅਮਰਿੰਦਰ ਨੇ ਕਿਹਾ ਜੀ ਇਹ ਜਜੀਆ, ਇਹ ਜਜੀਆ ਟਾ, ਇਹ ਬਿਲਕੁਲ ਨਹੀਂ ਹੈ ਸਾਨੂੰ ਖੁੱਲ੍ਹੇ ਜਾਣ। ਹਾਲਾਂਕਿ ਮੈਂ ਇਹ ਸਮਝਦਾ ਕਿ ਜਿਹੜੀ ਸਿੱਖ ਕੌਮ ਹੈ ਪੰਜਾਬ, ਇਹਨਾਂ ਨੇ ਕਿਹਾ ਜੀ $20 ਕੀ ਨੇ, ਆਪਣੇ ਗੁਰੂ ਦੇ ਦੀਦਾਰ ਲਈ ਤਾਂ ਅਸੀਂ ਜਾਨਾਂ ਕੁਰਬਾਨ ਕਰਨ ਨੂੰ ਹਮੇਸ਼ਾ ਤਿਆਰ ਰਹੇ। ਔਰ ਈਵਨ ਸੁਖਪਾਲ ਖਹਿਰਾ ਉਹਨੇ ਕਿਹਾ ਵੀ ਇਹ ਲੋਕ BJP ਲਈ ਕੰਮ ਕਰ ਰਹੇ ਨੇ, ਔਰ ਉਹਨੂੰ ਰੋਕਣ ਦੇ ਲਈ ਕਰਤਾਰਪੁਰ ਲਾਂਘੇ ਨੂੰ ਇਸ ਕਿਸਮ ਦੀ ਗੱਲ ਕਰ ਰਹੇ ਨੇ। ਔਰ ਈਵਨ ਤਰਲੋਚਨ ਸਿੰਘ, ਇਹਨਾਂ ਦਾ ਮੈਂਬਰ ਜਿਹੜਾ ਚੇਅਰਮੈਨ ਮਾਈਨੋਰਟੀ ਕਮਿਸ਼ਨ ਰਿਹਾ, BJP ਦੇ ਸਪੋਰਟ ਨਾਲ ਰਾਜ ਸਭਾ ਮੈਂਬਰ ਵੀ ਰਿਹਾ, ਉਹਨੇ ਕਿਹਾ ਵੀ ਬੰਦ ਕਰੋ ਬਕਵਾਸ, ਇਹ ਕੋਈ ਰੁਕਾਵਟ ਨਾ ਬਣਨ ਦਿਓ ਕਰਤਾਰਪੁਰ ਲਾਂਘੇ 'ਚ। ਅੱਜ ਹੀ ਮੈਂ ਦੇਖ ਰਿਹਾ ਸੀ ਕਿਸੇ ਨੇ ਬੜੀ ਵੇਰਵੇ, ਉਹਨੇ ਕਿਹਾ ਜੀ ਅਸੀਂ ਵੈਟੀਕਨ ਗਏ ਇਟਲੀ ਦੇ ਵਿੱਚ, ਔਰ ਅਸੀਂ ਉਹਨੂੰ ਦੇਖਣਾ ਸੀ ਸਾਰਾ ਵੀ $25 ਜਿਹੜਾ ਹੈ ਉਹ ਐਂਟਰੀ ਫੀਸ ਸੀ ਵੈਟੀਕਨ ਦੇਖਣ ਦੀ। ਹੁਣ ਤੁਸੀਂ, ਔਰ ਕਿਸੇ ਹੋਰ ਨੇ ਕਿਹਾ, ਉਹਨੇ ਕਿਹਾ ਜੀ ਤੁਸੀਂ ਕੈਨੇਡਾ ਅਮਰੀਕਾ ਦਾ ਵੀਜ਼ਾ, ਉਹ ਤਾਂ $1000 'ਚ ਤੁਸੀਂ ਫੀਸ ਭਰਦੇ ਹੋ। ਔਰ ਜ਼ਾਹਰ ਹੈ ਕਿ ਜਿੱਥੇ ਇੰਨਾ ਵੱਡਾ, ਸੁਖਪਾਲ ਖਹਿਰਾ ਨੇ ਕਿਹਾ ਵੀ ਜਿੱਥੇ ਕੰਪਲੈਕਸ ਹੈ ਹਜ਼ਾਰਾਂ ਲੋਕਾਂ ਦਾ ਆਉਣ ਜਾਣ, ਦੂਜੇ ਤੀਜੇ, ਕਿਹੜਾ ਮੁਲਕ ਜਿਹੜਾ ਉਹ ਐਂਟਰੀ ਫੀ ਨਹੀਂ ਲੈਂਦਾ। ਔਰ ਉਹਨੇ ਬੜੀ ਚੰਗੀ ਗੱਲ ਕਹੀ, ਉਹਨਾਂ ਨੇ ਕਿਹਾ ਜੇ ਇੰਨੀ ਤਕਲੀਫ ਹੈ ਪੰਜਾਬ ਗਵਰਨਮੈਂਟ ਅਮਰਿੰਦਰ ਨੂੰ ਵੀ ਹੋਈ ਹੈ ਔਰ ਬਾਦਲਾਂ ਨੂੰ ਵੀ ਹੈ, $20 ਤੁਸੀਂ ਠੀਕ, 5000 ਬੰਦਾ ਹੀ ਹੈ, ਅੱਧੀ ਤੁਸੀਂ ਜਿਹੜੀਆਂ ਬਾਕੀ ਚੀਜ਼ਾਂ 'ਚ ਜੋ ਸਬਸਿਡੀ ਦਿੰਦੇ ਹੋ, ਅੱਧਾ ਜਿਹੜਾ ਉਹ ਤੁਸੀਂ ਪੰਜਾਬ ਸਰਕਾਰ ਦੇ ਦੇ, ਵੀਹ 'ਚੋਂ $10 ਦਾ ਸ਼੍ਰੋਮਣੀ ਕਮੇਟੀ ਦੇ ਦੇ, ਜੇ ਇੰਨਾ ਹੀ ਤੁਹਾਨੂੰ ਪੀੜ ਹੋ ਰਹੀ। ਸੋ ਵੀ ਤੁਸੀਂ, ਲੇਕਿਨ ਕਿਉਂਕਿ ਇਹ ਜਿਹੜੀ ਇਹ ਹਿੰਦੂਤਵਾ ਸ਼ੋਅ ਬੋਆਏ ਅਮਰਿੰਦਰ ਸਿੱਖ ਸਾਈਕੀ ਦੇ ਨਾਲ ਪਲੇ ਕਰ ਰਿਹਾ, ਔਰ ਇਹ ਜਜੀਆ ਲਫ਼ਜ਼, ਕਿਉਂਕਿ ਕੁਛ ਇਸਲਾਮਿਕ ਰੂਲਰਸ ਦੇ ਪੀਰੀਅਡ ਜਜੀਆ ਸੀ ਟੈਕਸ ਜਿਹੜਾ, ਔਰ ਇਹ ਅਕਬਰ ਨੂੰ ਕੋਟ ਕਰ ਰਿਹਾ ਕਿ ਜੀ ਅਕਬਰ ਨੇ ਹਟਾਓ, ਉਹ ਤੁਹਾਡੀ ਆਪਣੀ GST ਕੀ ਹੈ? ਬਿਲਕੁਲ, ਤੁਸੀਂ ਤਾਂ ਉਸ ਗੁਰੂ ਰਾਮਦਾਸ ਲੰਗਰ 'ਤੇ ਜਿੱਥੇ 80,000 ਬੰਦਾ ਰੋਜ਼ਾਨਾ ਮੁਫ਼ਤ ਲੰਗਰ ਛਕਦਾ, ਉਸ ਦੇ ਉੱਤੇ ਤੁਸੀਂ ਜਜੀਆ ਲਾਇਆ, ਉਦੋਂ ਤੁਹਾਡੇ ਮੂੰਹ ਨੂੰ ਜਿਹੜੀ ਹੈ ਉਹ ਤੁਹਾਡੇ ਸੀਤੇ ਗਏ ਮੂੰਹ, ਔਰ ਹੁਣ ਹੁੰਦਾ ਜੀ ਨਹੀਂ ਨਹੀਂ ਅਸੀਂ ਦਿੱਤਾ ਇੰਨਾ, ਅਸੀਂ ਜਾ ਕੇ ਫਿਰ ਫਾਰਮ ਭਰ ਕੇ ਦਿੱਤਾ ਇੰਨਾ, ਸਾਨੂੰ ਵਾਪਸ ਮਿਲੇਗਾ, ਮਿਲ ਜਾਏਗਾ, ਇਹ ਕਰ ਰਹੇ ਨੇ। ਸੋ ਇਹ ਹੈ ਗੁਲਾਮੀ ਜਿਹੜੀ ਕਿ ਜ਼ਿਹਨੀ ਗੁਲਾਮੀ ਨਹੀਂ, ਇਹ ਪਬਲਿਕਲੀ ਦੱਸ ਰਹੇ ਨੇ ਕਿ ਜੀ ਅਸੀਂ ਤੁਹਾਡੇ ਬੜੇ ਵਫ਼ਾਦਾਰ ਕੁੱਤੇ ਹਾਂ, ਅਤੇ ਸਾਨੂੰ ਜਿਹਨੂੰ ਕਹੋ, ਜਿਹਦੀ ਕਹੋ, ਅਸੀਂ ਜਾ ਕੇ ਲੱਤ ਫੜ ਲੈਂਦੇ। ਇਸ ਤੋਂ ਬਦਤਰ ਉਦਾਹਰਣ ਜਿਹੜੀ ਗੁਲਾਮੀ ਦੀ ਹੈ ਹੋਰ ਕੀ ਹੋ ਸਕਦੀ ਜੀ? ਰਾਜ ਸਾਹਿਬ, ਬਿਲਕੁਲ, ਸਾਡੇ ਕੋਲ ਪਹਿਲੇ ਸੈਗਮੈਂਟ 'ਤੇ ਕਾਫੀ ਸਾਰੇ ਮੈਸੇਜ ਨੇ, ਸੋ ਮੈਂ ਟਰਾਈ ਕਰਾਂਗੀ ਕਿ ਮੈਂ ਸਾਰੇ ਪੜ੍ਹ ਸਕਾਂ। ਸੋ ਸਾਡੇ ਕੋਲ ਪਹਿਲੇ ਸੈਗਮੈਂਟ 'ਤੇ ਮੈਸੇਜ ਆਇਆ ਐਸ ਸੁਰਿੰਦਰ ਜੀ ਦਾ, ਉਹਨਾਂ ਨੇ ਲਿਖਿਆ ਕਿ ਇਮਰਾਨ ਖਾਨ ਨੇ ਪੋਰਖਮ ਬਾਰਡਰ ਖੋਲ੍ਹਿਆ। ਇਹ ਬਿਲਕੁਲ ਤੋਖਰਮ ਹੈ,
ਇਹਨਾਂ ਨੇ ਪ੍ਰੋਗਰਾਮ ਗਲਤੀ ਨਾਲ ਟਾਈਪ ਹੋਇਆ ਇਹਨਾਂ ਨੇ ਜੀ। ਸੋ ਇਹਨਾਂ ਲਿਖਿਆ ਕਿ ਇਮਰਾਨ ਖਾਨ ਦੀ ਪਾਲਿਸੀ ਹੈ ਪਾਕਿਸਤਾਨ ਦੇ ਗੁਆਂਢੀ ਮੁਲਕਾਂ ਨਾਲ ਬਾਰਡਰ ਖੋਲ ਦਿੱਤੇ ਜਾਣ ਜਿਵੇਂ ਯੂਰਪ ਵਿੱਚ ਖੁੱਲੇ ਹਨ। ਲੋਕਾਂ ਦਾ ਇੱਧਰ ਉੱਧਰ ਜਾਣਾ ਬੜਾ ਸੌਖਾ ਹੋ ਗਿਆ ਹੈ। ਲੋਕਾਂ ਦੇ ਆਪਸ ਵਿੱਚ ਮਿਲਣ ਜੁਲਣ ਕਾਰਨ ਜੰਗ ਦੇ ਬੱਦਲ ਖਤਮ ਹੋ ਗਏ ਹਨ। ਵਪਾਰ ਵੱਧ ਗਿਆ ਹੈ। ਟੂਰਿਜ਼ਮ ਦੇ ਵਧਣ ਨਾਲ ਮੁਲਕਾਂ ਦੀ ਮਾਲੀ ਹਾਲਤ ਚੰਗੀ ਹੋਈ ਹੈ। ਕੰਮਕਾਰ ਦੇ ਮੌਕੇ ਵਧੇ ਹਨ। ਬੇਰੋਜ਼ਗਾਰੀ ਘਟੀ ਹੈ। ਲੋਕਾਂ ਦੇ ਇੱਕ ਹਫ਼ਤੇ ਬੈਨ ਨਾਲ ਤਲਖੀ ਘਟੀ ਹੈ। ਜਰਮਨ ਫਰਾਂਸ ਜਿਨ੍ਹਾਂ ਨੇ ਸੰਸਾਰ ਜੰਗਾਂ ਵਿੱਚ ਇੱਕ ਦੂਜੇ ਦੇ ਲੱਖਾਂ ਲੋਕ ਮਾਰੇ ਹਨ ਅੱਜ ਤਲਖੀ ਖਤਮ ਕਰ ਚੁੱਕੇ ਹਨ। ਇਹ ਹੁਣ ਸਮਝ ਗਏ ਹਨ ਕਿ ਜੰਗ ਦਾ ਨੁਕਸਾਨ ਹੈ ਜਾਂ ਫਾਇਦਾ ਨਹੀਂ ਹੈ। ਸੋ ਪਾਕਿਸਤਾਨ ਨੇ ਕਰਤਾਰਪੁਰ ਕੋਰੀਡੋਰ ਭਾਰਤ ਪਾਕਿਸਤਾਨ ਵਿੱਚ ਜੰਗ ਮੁਕਾਉਣ ਲਈ ਖੋਲ ਰਿਹਾ ਹੈ। ਵੱਖਰੀ ਗੱਲ ਹੈ ਸਾਡੇ ਇੱਧਰ ਕੋਰੀਡੋਰ ਖੁੱਲ੍ਹਣ ਦੇ ਸਖ਼ਤ ਖਿਲਾਫ਼ ਹਨ। ਦੋਵਾਂ ਪਾਸਿਆਂ ਦੇ ਲੋਕਾਂ ਦੇ ਮਿਲ ਬੈਠਣ ਦੇ ਸਖ਼ਤ ਖਿਲਾਫ਼ ਹਨ। ਪਾਕਿਸਤਾਨ ਦਾ ਅਫਗਾਨਿਸਤਾਨ ਨਾਲ ਵਪਾਰ ਲੋਕਾਂ ਦਾ ਆਉਣਾ ਜਾਣਾ ਜ਼ਮੀਨੀ ਰਸਤੇ ਰਾਹੀਂ ਹੁੰਦਾ ਹੈ। ਖੈਬਰ ਪਖਤੂਨਵਾ ਸੂਬੇ ਦਾ ਹਾਂਜੀ ਬਾਰਡਰ ਰਾਹੀਂ ਪਾਕਿਸਤਾਨ ਅਫਗਾਨਿਸਤਾਨ ਨਾਲ ਵਪਾਰ ਚੱਲਦਾ ਹੈ। ਪਹਿਲਾਂ ਇਹ ਦਿਨ ਦੇ 7 ਘੰਟੇ ਲਈ ਖੁੱਲ੍ਹਦਾ ਸੀ। ਹੁਣ ਇਹ 24 ਘੰਟੇ ਵਪਾਰ ਆਵਾਜਾਈ ਲਈ ਖੋਲ੍ਹ ਦਿੱਤਾ ਗਿਆ ਹੈ। ਬੀਤੇ ਦਿਨ ਇਮਰਾਨ ਖਾਨ ਨੇ ਤੋਖਰਮ ਬਾਰਡਰ 24 ਘੰਟੇ ਲਈ ਖੋਲ੍ਹ ਦਿੱਤਾ ਹੈ। ਯਕੀਨਨ ਇਸ ਨਾਲ ਵਪਾਰ ਲੋਕਾਂ ਨੂੰ ਦੋਵੇਂ ਪਾਸੇ ਆਉਣ ਜਾਣ ਵਿੱਚ ਸੌਖ ਹੋਵੇਗੀ। ਆਮੀਨ। ਸੋ ਉਹਨਾਂ ਦਾ ਫਿਰ ਨਗਾਰਾ ਪੰਥ ਖਾਲਸਾ ਦੀ ID ਤੋਂ ਸਾਨੂੰ ਮੈਸੇਜ ਹੈ, ਲਿਖਦੇ ਨੇ ਅਮਰੀਕਾ ਦੇ ਇਸ ਇਨਸਾਫ਼ ਪਸੰਦ ਪੱਤਰਕਾਰ ਪੀਟਰ ਫੀਡਕ ਨੇ ਦੱਸਿਆ ਕਿ RSS ਅੱਤਵਾਦੀ ਜਥੇਬੰਦੀਆਂ ਜਿਵੇਂ ਨਾਜ਼ੀ ਜਰਮਨੀ ਸੀ, ਮੋਦੀ ਹਿਟਲਰ ਵਾਂਗ ਇਹਨਾਂ ਨੇ ਖੜਾ ਕੀਤਾ, ਜਿਸ ਨੇ ਸਿੱਖਾਂ, ਈਸਾਈਆਂ, ਕ੍ਰਿਸਚਨਾਂ, ਮੁਸਲਮਾਨਾਂ ਅਤੇ ਮੂਲ ਨਿਵਾਸੀਆਂ ਇਹਨਾਂ ਸਾਰੀਆਂ ਘੱਟ ਗਿਣਤੀਆਂ ਦਾ ਜੀਣਾ ਹਰਾਮ ਕੀਤਾ ਹੋਇਆ ਹੈ। ਇਸ ਨੇ ਗੁਜਰਾਤ ਵਿੱਚ ਮੁਸਲਮਾਨਾਂ ਦਾ ਕਤਲੇਆਮ ਕੀਤਾ ਸੀ। ਜਿਹੜੇ ਲੋਕ ਇਸ ਨੂੰ ਲਾਲ ਕਾਰਪੈਟ 'ਤੇ ਅਮਰੀਕਾ ਵਿੱਚ ਜੀਆਂ ਕਹਿ ਰਹੇ ਨੇ, ਉਹਨਾਂ ਨੂੰ ਪਤਾ ਨਹੀਂ ਕਿ ਇਸ ਦੇ ਹੱਥ ਹਜ਼ਾਰਾਂ ਬੇਗੁਨਾਹ ਮੁਸਲਮਾਨਾਂ ਦੇ ਖੂਨ ਨਾਲ ਰੰਗੇ ਹੋਏ ਹਨ। ਦੂਸਰੇ ਸੈਗਮੈਂਟ 'ਚ ਨੂੰ ਡਿਸਕਸ ਕੀਤਾ ਹੈ, ਇਹਨਾਂ ਨੇ ਸ਼ਾਇਦ ਪਹਿਲੇ 'ਚ ਲਿਖਿਆ ਮੈਸੇਜ ਜੀ। ਸੋ ਸਾਨੂੰ ਨੋਮਾ ਜੀ ਲਿਖਦੇ ਨੇ ਮੋਦੀ ਮੰਕੀ ਮੰਕੀ ਮੰਕੀ। ਫਿਰ ਸਾਡੇ ਕੋਲ ਮੈਸੇਜ ਇੱਕ ਖਬਰ ਵੀ, ਕਿਉਂਕਿ ਦੂਸਰੇ ਸੈਗਮੈਂਟ 'ਚ ਬੇਸ਼ੱਕ ਉਹਨਾਂ ਦਾ ਕਮੈਂਟ ਹੈ, ਬਟ ਦਿਸ ਇਜ਼ ਅ ਨਿਊਜ਼ ਜਿਹੜੀ ਅਸੀਂ ਸ਼ੇਅਰ ਕਰਨਾ ਚਾਹੁੰਦੇ ਹਾਂ ਜੀ। ਹਿਊਸਟਨ ਕੋਰਟ ਸਮਨਸ ਪ੍ਰਾਈਮ ਮਿਨਿਸਟਰ ਮੋਦੀ ਨੂੰ $100 million ਲਾ ਸੂਟ ਓਵਰ ਟੋਰਚਰ ਇਨ ਕਸ਼ਮੀਰ। ਔਰ ਇਹ ਬਹੁਤ ਜ਼ਬਰਦਸਤ ਮੂਵ ਹੈ। ਕਸ਼ਮੀਰ ਖਾਲਿਸਤਾਨ ਰੈਫਰੈਂਡਮ ਫਰੰਟ ਨੇ ਮੋਦੀ ਦੇ ਉੱਤੇ $100 million ਦਾ ਲਾ ਸੂਟ ਕੀਤਾ ਹੈ, ਔਰ ਉਹਦੇ 'ਚ ਉਹਨਾਂ ਨੇ ਫੈਡਰਲ ਡਿਸਟ੍ਰਿਕਟ ਕੋਰਟ ਹਿਊਸਟਨ 'ਚ ਫਾਇਲ ਕੀਤਾ ਹੈ, ਔਰ ਉਹਦੇ 'ਚ ਇਹਨੂੰ ਐਕਿਊਜ਼ ਕੀਤਾ ਗਿਆ ਕਿ ਟੋਰਚਰ, ਐਕਸਟਰਾ ਜੁਡੀਸ਼ ਕਿਲਿੰਗਸ ਐਂਡ ਕ੍ਰਾਈਮਸ ਅਗੇਂਸਟ ਹਿਊਮੈਨਿਟੀ ਇਨ ਕਸ਼ਮੀਰ। ਕਿਉਂਕਿ ਉਹਦੇ 'ਚ ਜ਼ਰੂਰ, ਕਿਉਂਕਿ ਇਹ ਲਾ ਸੂਟ ਤਾਂ ਹੀ ਫਾਇਲ ਹੁੰਦਾ ਕਿ ਜਿਹੜੇ ਉੱਥੇ ਟੋਰਚਰ ਹੋ ਰਹੇ ਨੇ ਜਾਂ ਫਸੇ ਹੋਏ ਨੇ, ਜਿਵੇਂ ਇੱਕ ਬੀਬੀ ਨੇ ਹਿਊਸਟਨ ਕੌਂਸਲ ਦੇ ਵਿੱਚ ਜਾ ਕੇ ਚੈਲੰਜ ਕੀਤਾ, ਉਹ ਉਹਦਾ ਹਿੱਸਾ ਬਣ। ਸੋ ਜ਼ਾਹਰ ਹੈ ਕਿ ਇਹ ਵੀ ਹੁਣ ਇੰਡੀਅਨ ਗੌਰਮੈਂਟ ਇਸ ਵੇਲੇ ਉਹਨਾਂ ਦੇ ਅਟਾਰਨੀ ਜਨਰਲ ਆਪਣੇ ਵਕੀਲਾਂ ਨਾਲ ਮਸ਼ਵਰਾ ਕਰ ਰਹੇ ਹੋਣਗੇ ਕਿ ਆਲਰੇਡੀ ਹਿਊਸਟਨ ਕੋਰਟ ਨੇ ਸੰਮਣ ਜਾਰੀ ਕਰ ਦਿੱਤੇ ਨੇ ਮੋਦੀ ਦੇ ਉੱਤੇ ਕਿ $100 million ਦਾ ਹਰਜਾਨੇ ਦਾ ਜਿਹੜਾ ਲਾ ਸੂਟ ਹੈ। ਸੋ ਅਸੀਂ ਮੁਬਾਰਕਬਾਦ ਦਿੰਦੇ ਹਾਂ ਕਸ਼ਮੀਰ ਖਾਲਿਸਤਾਨ ਰੈਫਰੈਂਡਮ ਫਰੰਟ ਨੂੰ ਕਿ ਉਹਨਾਂ ਨੇ ਐਨ ਟਾਈਮਲੀ, ਇਹਨੂੰ ਕਹਿੰਦੇ ਨੇ ਐਨ ਨਿਸ਼ਾਨਾ ਫੁੰਡਣਾ, ਵੇੜੇ ਸਿਰ ਐਨ ਗੁਲੇਲ ਖਿੱਚੀ ਉਹਨਾਂ ਦੇ ਕੋਲ। ਭਾਵੇਂ ਵੱਡੀਆਂ ਵੱਡੀਆਂ ਗਨਜ਼ ਨੇ, ਤੋਪਾਂ ਨੇ, ਆਪਣੇ ਆਪ ਨੂੰ ਨਿਊਕਲੀਅਰ ਕਹਿੰਦੇ ਨੇ, ਪਰ ਇਹ ਹੈ ਜਿਹੜਾ ਗੁਲੇਲ ਦਾ ਨਿਸ਼ਾਨਾ ਜਿਹੜਾ ਸਿੱਧਾ ਜਾ ਕੇ ਵੱਜਿਆ ਵਿੱਚ ਮੱਥੇ ਦੇ। ਬਿਲਕੁਲ, ਵੈਰੀ ਗੁੱਡ, ਵੈਰੀ ਨਾਈਸ। ਸੋ ਇਫਤਿਆਰ ਅਲੀ ਸ਼ਾਹ ਸਾਨੂੰ ਲਿਖਦੇ ਨੇ, ਆਈ ਟੋਲਡ ਯੂ ਮੋਦੀ ਇਜ਼ ਟ੍ਰੈਪਡ, ਦਿਸ ਇਜ਼ ਦਾ ਰਾਈਟ ਟਾਈਮ ਫੋਰ ਸਿੱਖ ਨੇਸ਼ਨ ਟੂ ਡਿਮਾਂਡ ਖਾਲਿਸਤਾਨ।
ਬਲਰਾਜ ਸਿੰਘ ਲਿਖਦੇ ਨੇ, ਡਾਕਟਰ ਸਾਹਿਬ, ਇਮਰਾਨ ਖਾਨ ਸ਼ੁਡ ਐਸਕ ਯੂ ਟੂ ਰਾਈਟ ਦਾ ਸਪੀਚ ਫੋਰ ਨਹੀਂ, ਦਿਸ ਇਮਰਾਨ ਖਾਨ ਟੂ ਬਹੁਤ ਸਿਆਣੇ ਨੇ ਔਰ ਉਹਨਾਂ ਦੇ ਕੋਲ ਬੜੇ ਅੱਛੇ ਉਹਨਾਂ ਦੇ ਐਡਵਾਈਜ਼ਰ ਵੀ ਜ਼ਰੂਰ ਹੋਣਗੇ। ਜੀ ਅਸੀਂ ਤਾਂ ਇੰਨਾ ਕੁ ਕਹਿਣਾ ਚਾਹੁੰਦੇ ਹਾਂ ਕਿ ਵੀ ਕਿਤੇ ਵੀ ਜੇ ਅਮਰੀਕਾ ਜਾਂ ਕੋਈ ਵੀ ਇਹਨਾਂ ਦਾ ਪ੍ਰੈਸ਼ਰ ਹੋਏ ਵੀ ਮੋਦੀ ਨਾਲ ਕਿਤੇ ਹੱਥ ਨਾ ਮਿਲਾ ਲੈਣ, ਜੇ ਮੋਦੀ ਤੇ ਆਹਮੋ ਸਾਹਮਣੇ ਵੀ ਹੋ ਜਾਣ ਉਹ ਜੱਫੀ ਪਾਉਣ ਨੂੰ ਪਏ ਤਾਂ ਠੁੱਡ ਮਾਰੇ, ਜਿਵੇਂ ਅੰਦਾਜ਼ ਦੇ ਵਿੱਚ ਹੁੰਦਾ ਹੈ ਕਿ ਵੀ ਉਹਨੂੰ ਠੁੱਡ ਮਾਰ ਕੇ ਰੋੜ ਦੇ, ਉਹਨੂੰ ਕਿਹਾ ਵੀ ਤੂੰ ਕਾਤਲ ਹੈ, ਕਿਉਂਕਿ ਇਹ ਮੈਨੂੰ ਲੱਗਦਾ ਹੈ ਕਿ ਵੀ ਇਹ ਕੋਸ਼ਿਸ਼, ਹਾਲਾਂਕਿ ਸਾਹਮਣੇ ਤਾਂ ਨਹੀਂ ਆਇਆ, ਇਹ ਤਾਂ ਹੋਇਆ ਜੀ ਟਰੰਪ ਦੇ ਨਾਲ 2 ਵਾਰ ਮੁਲਾਕਾਤ ਹੋਏਗੀ, ਡਿਨਰ 'ਤੇ ਹੋਏਗੀ ਜਾਂ ਦੂਜਾ, ਪਰ ਮੇਰਾ ਖਿਆਲ ਹੈ ਵੀ ਆਹਮੋ ਸਾਹਮਣੇ ਵੀ ਜੇ ਹੁੰਦੇ ਨੇ ਤੇ ਕੋਈ ਗ੍ਰੀਟ ਨਾ ਹੋਏ ਔਰ ਮੀਟਿੰਗ ਦਾ ਤਾਂ ਕੋਈ ਸਵਾਲ ਹੀ ਨਹੀਂ ਹੋਣਾ ਜੀ। ਚਾਹੀਦਾ। ਆਸਫ ਜਮਾਲ ਸਾਹਿਬ ਲਿਖਦੇ ਨੇ, ਫਸਟ ਆਫ ਆਲ ਇੰਡੀਆ ਇਜ਼ ਨਾਟ ਏ ਡੈਮੋਕ੍ਰੇਟਿਕ ਕੰਟਰੀ ਐਂਡ ਵਟ ਐਵਰ ਇਨਜਸਟਿਸ ਇਜ਼ ਹੈਪਨਿੰਗ ਦੇਅਰ ਇਟ ਵਿਲ ਹੈਪਨ ਐਨੀਵੇਅਰ। ਸੋ ਮੁਹੰਮਦ ਅਹਿਮਦ ਸਾਹਿਬ ਲਿਖਦੇ ਨੇ, ਪਾਕਿਸਤਾਨ ਖਾਲਿਸਤਾਨ ਫਰੈਂਡਸ਼ਿਪ ਇਜ਼ ਜਿੰਦਾਬਾਦ। ਐਂਡ ਕੁਲਦੀਪ ਸਿੰਘ ਸਾਨੂੰ ਫਤਿਹ ਬੁਲਾਉਂਦੇ ਨੇ। ਐਂਡ ਸਿੰਘ ਮੁਖਤਿਆਰ ਲਿਖਦੇ ਨੇ ਕਿ ਡਾਕਟਰ ਸਾਹਿਬ, ਹਸਟ ਹਿਊਸਟਨ ਦੇ ਪ੍ਰੋਟੈਸਟ ਦਾ ਕੁਝ ਸਿੱਟਾ ਕਿ ਹਾਂਜੀ ਉਹਨੇ ਲਿਖਿਆ ਸਿੱਟਾ ਨਿਕਲੂਗਾ, ਦੁਨੀਆ ਜਾਗੇਗੀ। ਕੋਈ ਨਾ ਕੋਈ ਕਹਿੰਦੇ ਸਿੱਟਾ ਨਿਕਲੇਗਾ ਅਤੇ ਦੁਨੀਆ ਜਾਗੇਗੀ। ਸੋ ਨਜ਼ਾਰਾ ਹੈ ਪੰਥ ਖਾਲਸਾ ਦੀ ਆਈਡੀ ਤੋਂ ਆਇਆ ਮੈਸੇਜ ਆਇਆ, ਪੱਤਰਕਾਰ ਪੀਟਰ ਨੇ ਨਾਜ਼ੀ ਅਤੇ ਹਿਟਲਰ ਨਾਲ ਤੁਲਨਾ, RSS ਅਤੇ ਮੋਦੀ ਨਾਲ ਤੁਲਨਾ ਕੀਤੀ ਹੈ। ਦਰਸ਼ਨ ਸਿੰਘ ਸਾਨੂੰ ਫਤਿਹ ਬੁਲਾਉਂਦੇ ਨੇ। ਔਰ ਨਗਾਰਾ ਏ ਪੰਥ ਖਾਲਸਾ ਦੀ ਆਈਡੀ ਤੋਂ ਫਿਰ ਦੁਬਾਰਾ ਮੈਸੇਜ ਲਿਖਦੇ ਨੇ, ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੋਸਟਨ ਕੌਂਸਲ US ਵਿੱਚ ਇੱਕ ਅਮਰੀਕਾ ਦੇ ਇਨਸਾਫ ਪਸੰਦ ਦਲੇਰ ਪੱਤਰਕਾਰ ਨੇ ਬੜੀ ਦਲੀਲ ਤੇ ਦਲੇਰੀ ਨਾਲ RSS ਮੇਰਾ ਖਿਆਲ ਉਹਨਾਂ ਦੀ ਪੀਟਰ ਫ੍ਰੀਡਿਕ ਦੀ ਗੱਲ ਹੋ ਰਹੀ ਹੈ ਆਲਰੇਡੀ, ਕਿਉਂਕਿ ਪਹਿਲੇ ਸੈਗਮੈਂਟ ਤੇ ਲਿਖਿਆ ਨੇ ਕਿ ਦੂਸਰਾ ਸੈਗਮੈਂਟ ਅਸੀਂ ਉਹਨਾਂ ਦੀ ਨੂੰ ਜਿਹੜਾ ਉਹ ਐਟਰੀਬਿਊਟ ਕੀਤਾ। ਬਿਲਕੁਲ, ਸੁਖਜੀਤ ਸਿੰਘ ਸਾਲੀ ਦੇ ਨੇ ਨਿਹੰਗ ਸਿੰਘਾਂ ਦੇ ਬੋਲੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬੀੜ ਅਸਵਾਰਾ ਹੁੰਦਾ, ਸਤਿ ਸ੍ਰੀ ਅਕਾਲ ਦਾ ਜੈਕਾਰਾ ਹੁੰਦਾ, ਬੈਠਣਾ ਨਹੀਂ ਸੱਜਣਾ ਹੁੰਦਾ, ਉੱਚੀ ਬੋਲਣਾ ਗੱਜਣਾ ਹੁੰਦਾ, ਸਾਥੀ ਨਹੀਂ ਅੰਗ ਸੰਗ ਹੁੰਦਾ, ਕੁਹਾੜੀ ਨਹੀਂ ਸਫ਼ਾ ਜੰਗ ਹੁੰਦਾ, ਦੁੱਧ ਇਹਨਾਂ ਲਈ ਸਮੁੰਦਰ ਹੁੰਦਾ, ਬੱਦਲ ਇਹਨਾਂ ਦਾ ਇੰਦਰ ਹੁੰਦਾ, ਹੁੱਕਾ ਪੀਣ ਵਾਲਾ ਨੜੀ ਮਾਰ ਹੁੰਦਾ, ਗਦਾ ਥਾਣੇਦਾਰ ਹੁੰਦਾ, ਦਰਸ਼ਨ ਇਹਨਾਂ ਲਈ ਦਿਦਾਰੇ ਹੁੰਦੇ ਆ, ਸੁੱਟੇ ਨਹੀਂ ਵਾਰੇ ਹੁੰਦੇ ਆ, ਛੋਟੇ ਬੱਚੇ ਬਾਲ ਫੌਜ ਹੁੰਦੇ ਆ, ਮਸਤੀ ਨਹੀਂ ਸਿੰਘਾਂ ਦੀ ਮੌਜ ਹੁੰਦੀ ਆ, ਅਕਾਲ ਪੁਰਖ ਦਾ ਹੁਕਮ ਪਾਣਾ ਹੁੰਦਾ, ਤੁਹਾਡੀ ਧੋਤੀ ਸਾਡਾ ਬਾਣਾ ਹੁੰਦਾ, ਕਣਕ ਰੂਪ ਕੌਰ ਹੁੰਦੀ ਆ, ਮੱਕੀ ਬਸੰਤ ਕੌਰ ਹੁੰਦੀ ਆ, ਕੂਚ ਕਰਨਾ ਵਹੀਰ ਪਾਉਣਾ ਹੁੰਦਾ, ਵਰਤ ਲੈਣਾ ਲੇਖੇ ਲਾਉਣਾ ਹੁੰਦਾ, ਸਿੰਘ ਹਮੇਸ਼ਾ ਸਿਰਦਾਰ ਹੁੰਦਾ, ਗੁਟਕੇ ਸਾਹਿਬ ਦੀ ਸਹੁੰ ਖਾਣ ਵਾਲਾ ਗੱਦਾਰ ਹੁੰਦਾ। ਇਹ ਸਾਡੇ ਪਾਕਿਸਤਾਨੀ ਭੈਣ ਭਰਾ ਜਿਹੜੇ ਸ਼ਾਇਦ ਇਹਨਾਂ ਬੋਲਿਆਂ ਤੋਂ ਵਾਕਿਫ ਨਾ ਹੋਣ, 18ਵੀਂ ਸਦੀ 'ਚ ਜਿਹਨਾਂ ਸਿੰਘਾਂ ਨੇ ਪੂਰੇ ਤੌਰ 'ਤੇ ਆਪਣਾ ਜੀਵਨ ਸਮਰਪਿਤ ਕੀਤਾ ਆਜ਼ਾਦੀ ਨੂੰ ਔਰ ਜੰਗਲਾਂ ਦੇ ਵਿੱਚ ਰਹਿੰਦੇ ਔਰ ਬੜੀਆਂ ਹਾਰਡਸ਼ਿਪਸ ਦੀ ਲਾਈਫ, ਜਿਹਨਾਂ ਨੂੰ ਅਸੀਂ ਨਿਹੰਗ ਸਿੰਘ ਕਰਕੇ ਸੰਬੋਧਨ ਕਰਦੇ ਹਾਂ, ਖਾਲਸਾਈ ਬਾਣਾ, ਨੀਲਾ ਬਾਣਾ ਉਹਨਾਂ ਦਾ, ਔਰ ਉਹਨਾਂ ਨੇ ਉਸ ਪੀਰੀਅਡ ਦੇ ਵਿੱਚ ਜਦੋਂ ਤੁਹਾਨੂੰ ਤੰਗ ਦਸਤੀ ਤਕਲੀਫਾਂ ਹੁੰਦੀਆਂ ਨੇ ਤਾਂ ਫਿਰ ਜਿਹੜੀ ਲੈਂਗੁਏਜ ਹੈ, ਕਿਉਂਕਿ ਇਹ ਵੀ ਆਟੋ ਸੁਜੈਸ਼ਨ ਹੁੰਦੀ ਹੈ ਵੀ ਤੁਸੀਂ ਕਿਸ ਤਕਲੀਫ ਨੂੰ ਛੋਟਾ ਸਮਝਦੇ ਹੋ, ਕਿਹਨੂੰ ਵੱਡਾ ਕਰਕੇ ਮੰਨਦੇ ਹੋ, ਬਹੁਤ ਵਾਰ ਤਾਂ ਇਹੀ ਹੁੰਦਾ ਤੁਸੀਂ ਕਦੇ ਇਹ ਤਾਂ ਕਦੇ ਉਹਦਾ ਮਿਲਣ ਦਾ ਤਾਂ ਨਹੀਂ ਹੁੰਦਾ ਵੀ ਅੱਜ ਮੈਂ ਬਹੁਤ ਖੁਸ਼ ਹੈ, ਉਹਦਾ ਕੋਈ ਜਿਹੜਾ ਪੈਮਾਨਾ, ਅੱਜ ਮੈਂ ਬਹੁਤ ਉਦਾਸ ਹੈ, ਤੁਹਾਡੀ ਸਟੇਟ ਆਫ ਮਾਇੰਡ ਹੈ। ਸੋ ਇਹ ਜਿਹਨਾਂ ਨੂੰ ਅਸੀਂ ਚੜ੍ਹਦੀ ਕਲਾ ਦੇ ਬੋਲੇ ਜਾਂ ਖਾਲਸਾਈ ਬੋਲੇ ਕਹਿੰਦੇ ਹੈ, ਇਹ ਉਹਨਾਂ ਦੇ ਚੜ੍ਹਦੀ ਕਲਾ ਦੇ ਪ੍ਰਤੀਕ ਸੀ। ਬਹੁਤ ਸਾਰੇ ਉਹਨਾਂ ਨੇ ਭਾਈ ਸਾਹਿਬ ਨੇ ਦਿੱਤੇ ਨੇ ਨਾ, ਪਰ ਜਿਵੇਂ ਹੁਣ ਰੁਪਈਏ ਨੇ ਜਾਂ ਕਰੰਸੀ ਹੈ ਜਿਹੜੀ, ਉਹਨੂੰ ਛਿੱਲੜ ਕਹਿਣਾ ਕਿ ਉਹਨਾਂ ਦੇ ਲਈ ਛੋਲੇ ਨੇ,
ਉਹਨਾਂ ਨੂੰ ਬਦਾਮ ਕਹਿਣਾ ਕਿ ਜੇ ਤੁਹਾਨੂੰ ਮਿਲਦੇ ਹੀ ਛੋਲੇ ਨੇ ਖਾਣ ਨੂੰ, ਤੁਸੀਂ ਬਦਾਮ ਸਮਝ ਕੇ ਖਾ ਰਹੇ ਹੋ ਹੁਕਮਰਾਨਾਂ ਪ੍ਰਤੀ ਜਾਂ ਕਿਸੇ ਵੀ ਸਰਕਾਰੀ ਜਿਹੜੀ ਅਹੁਦਾ ਜਾਂ ਦੂਜਾ, ਉਹਨਾਂ ਨੂੰ ਜਿਹੜਾ ਉਹ ਨਫ਼ਰਤ ਦੇ ਨਾਲ ਤਨਖਾਹੀ ਇਹ ਕਹਿੰਦੇ ਸੀ, ਔਰ ਉਹਨਾਂ ਦੇ ਨਾਲ ਕੋਈ ਵਿਹਾਰ ਨਹੀਂ ਸੀ ਰੱਖਿਆ ਜਾਂਦਾ, ਕਿਉਂਕਿ ਜਿਹੜਾ ਬਾਗੀ ਹੁੰਦਾ ਰਸਤੇ 'ਤੇ ਬਗਾਵਤ ਦੇ ਤੁਰਦਾ, ਅਤੇ ਇੱਕ ਪਾਸੇ ਉਹ ਹੁੰਦਾ ਜਿਹੜਾ ਹਕੂਮਤੀ ਨਿਜ਼ਾਮ ਦੇ ਨਾਲ ਕੰਪਰੋਮਾਈਜ਼ ਕਰ ਰਿਹਾ ਹੁੰਦਾ। ਸੋ ਇਹਨਾਂ ਦੀ ਇਹ ਜਿਹੜਾ ਇਹਨੂੰ ਕੋਡ ਲੈਂਗੁਏਜ ਵੀ ਕਹਿੰਦੇ ਨੇ ਕਈ ਕਿ ਜੀ ਉਹਨਾਂ ਦਾ ਕੋਡ ਸੀ ਦੂਜਿਆਂ ਨੂੰ, ਪਰ ਮੈਨੂੰ ਇਹ ਲੱਗਦਾ ਵੀ ਇਹ ਜ਼ਿਆਦਾ ਸਟੇਟ ਆਫ ਮਾਇੰਡ ਚੜ੍ਹਦੀ ਕਲਾ, ਜੇ ਖਾਣ ਨੂੰ ਨਹੀਂ ਮਿਲਿਆ ਤਾਂ ਕਹਿਣਾ ਲੰਗਰ ਮਸਤਾਨਾ ਔਰ ਅੱਜ ਕੜਾਕੇ ਲੱਗੇ ਨੇ। ਸੋ ਇਹ ਖਾਲਸਾ ਹੀ ਬੋਲੇ ਜਿਹੜੇ ਨੇ ਅੱਜ, ਬੇਸ਼ੱਕ ਇਹ ਨਿਹੰਗ ਪਰੰਪਰਾ ਦਾ ਵੀ ਜਿਹੜਾ ਥੋੜ੍ਹਾ ਬਹੁਤ ਰਹਿ ਗਿਆ, ਉਹਨਾਂ 'ਚੋਂ ਵੱਡਾ ਹਿੱਸਾ ਸਰਕਾਰ ਪ੍ਰਸਤ ਔਰ ਉਸ ਕਿਸਮ ਦਾ, ਪਰ ਇਹ ਸਾਡੀ ਹਿਸਟਰੀ ਦੀ ਬਿਊਟੀ ਹੈ। ਔਰ ਅੱਜ ਜਦੋਂ ਪੰਜਾਬੀ ਜ਼ਬਾਨ ਨੂੰ ਲੈ ਕੇ ਉਸ ਹੁਕਮ ਚੰਦ ਪਹਾੜੀਏ ਨੇ ਔਰ ਦੂਸਰਿਆਂ ਨੇ ਪੰਜਾਬ 'ਚ ਆ ਕੇ ਜਿਹੜਾ ਇਹਨੂੰ ਗਵਾਰਾਂ ਦੀ ਜ਼ਬਾਨ ਕਹਿਣ ਔਰ ਇਹ ਕਹਿਣ ਦਾ ਕਿ ਜੀ 2 ਸਾਲ ਡੀਕ ਲਓ ਫਿਰ ਤੁਹਾਨੂੰ ਦੱਸਾਂਗੇ ਹਿੰਦੀ ਕੀ ਹੈ, ਮੈਂ ਦੇਖ ਰਿਹਾ ਪਿਛਲੇ ਕੁਛ ਦਿਨਾਂ ਤੋਂ ਲਗਾਤਾਰਤਾ ਨਾਲ ਪੰਜਾਬੀ ਜ਼ਬਾਨ ਦੇ ਬਾਰੇ ਬਹੁਤ ਸਾਰੀਆਂ ਲਿਖਤਾਂ ਵੀ ਆਈਆਂ ਨੇ ਔਰ ਖਾਲਸਾਈ ਬੋਲਿਆਂ ਦੀ ਗੱਲ ਵੀ ਹੋਰ ਵੀ ਜਿਹੜੀ ਹੈ ਕਈਆਂ ਨੇ ਤਾਂ ਇਹ ਵੀ ਲਿਖਿਆ ਵੀ ਅਸੀਂ ਜਿਹੜੇ ਪੰਜਾਬੀ ਦੇ ਓਰੀਜਨਲ ਲਫ਼ਜ਼ ਨੇ ਉਹਨਾਂ ਨੂੰ ਕਿਵੇਂ ਬਦਲ ਦਿੱਤਾ। ਸੋ ਉਸ ਕਿਸਮ ਦੀਆਂ ਵੀ ਬਹੁਤ ਸਾਰੀਆਂ ਲਿਖਤਾਂ ਸੋਸ਼ਲ ਮੀਡੀਆ ਤੇ ਲੈਣੇ ਆ। ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸ ਤਰ੍ਹਾਂ ਬਣੇ ਨਾਲ ਮਿਲਦੇ ਆ ਛੋਟੇ ਜਿਹੇ ਬ੍ਰੇਕ ਤੋਂ ਬਾਅਦ।